पंजाब के मशहूर गायक सुरेंद्र शिंदा का 64 साल की उम्र के देहांत हो गया है। प्रसिद्ध पंजाबी गायक सुरेंद्र शिंदा का लंबी बीमारी तो बाद 26 जुलाई दिन बुधवार को 64 साल की उम्र के देहांत हो गया। उगे गायक का दयानंद मैडिकल कॉलेज और हस्पताल लुधियाना विखे देहांत हो गया जिथे वह इलाज अधीन सन। हस्पताल के अधिकारियों ने बुधवार सवेरे गायक के देहांत की खबर की पुष्टि की है। इस महीने के शुरू के सुरेंद्र शिंदा के बेटे मनिंदर ने अपने पिता के इलाज लई हस्पताल दे विच दाखिल होने बारे सांझा किया। 11 जुलाई में मशहूर गायक नू पेट दे विच तेज दर्द होने कारण हस्पताल दे विच भर्ती करवाया गया सी। दाखला लैण तो कुछ दिन पहला प्रसिद्ध गायक की सर्जरी भी हुई सी। सुरेंद्र शिंदा के देहांत तो बाद गायकां सियासतदानां ते उन्हां दे प्रशंसकां दे वल्लों श्रद्धांजलि दित्ती गई है। इस दे नाल तुहानूं दस दईए कि पंजाब दे मुख्यमंत्री भगवंत मान ने ट्वीट करके कहा है कि उगे गायक सुरेंद्र शिंदा जी दे देहांत की खबर सुन के बहुत दुख होया है। पंजाब दी बुलंद आवाज़ सदा दे लई खामोश हो गई है। ਗੋਲਡੀ ਚੌਹਾਨ ਜੀ ਉਹੀ ਉਹਨਾਂ ਨਾਲ ਜ਼ਿਆਦਾ ਟਾਈਮ ਬਤੀਤ ਕਰਦੇ ਹੁੰਦੇ ਸੀ ਪਰ ਉਹ ਚਲੇ ਗਏ ਆਪਣੀ ਮਰਜ਼ੀ ਨਾਲ ਹੀ ਦਾਖਲ ਹੋ ਗਏ ਅਤੇ ਮੈਂ ਤਾਂ ਉਹਨਾਂ ਨੂੰ ਅਸੀਂ ਹੋਰ ਵੀ ਵਧੀਆ ਟ੍ਰੀਟਮੈਂਟ ਕਰਵਾ ਸਕਦੇ ਸੀ ਅਮੈਰੀਕਾ ਟ੍ਰੀਟਮੈਂਟ ਕਰਾ ਸਕਦੇ ਸੀ ਉਹਨਾਂ ਦਾ ਉਹ ਗ੍ਰੀਨ ਕਾਰਡ ਹੋਲਡਰ ਸੀ ਲੇਕਿਨ ਉਹ ਬਸ ਜਦੋਂ ਆਉਣਾ ਜਾਣਾ ਤੁਹਾਨੂੰ ਪਤਾ ਹੀ ਆ ਕਿ ਜਦੋਂ ਕੋਈ ਨਾ ਕੋਈ ਬਹਾਨਾ ਬਣਦਾ ਹੁੰਦਾ ਕੋਸ਼ਿਸ਼ ਤਾਂ ਕੀਤੀ ਪਰ ਆਪਣੀ ਜ਼ਿੰਦਗੀ ਦੀ ਮੌਤ ਦੀ ਲੜਾਈ ਹਾਰ ਗਈ। ਪੰਜਾਬੀ ਫੋਕ ਗਾਇਕੀ ਦੇ ਵਿੱਚ ਜੇ ਕੋਈ ਬਹੁਤ ਵੱਡਾ ਨਾਮ ਇੰਡਸਟਰੀ ਵਿੱਚ ਸੀਗਾ ਫਾਦਰ ਸਾਹਿਬ ਸੁਰਿੰਦਰ ਸ਼ਿੰਦਾ ਜੀ ਸੀ ਉਹਨਾਂ ਨੇ ਫੋਕ ਅਤੇ ਕਲਾਸੀਕਲ ਨੂੰ ਐਸਾ ਮਿਕਸ ਕਰਕੇ ਗਾਇਆ ਉਹ ਮਿਸਾਲ ਬਣ ਗਿਆ ਅਤੇ ਜੋ ਦਮਦਾਰ ਆਵਾਜ਼ ਉਹਨਾਂ ਦੀ ਜੋ ਕੰਪੋਜੀਸ਼ਨਾਂ ਸੀਗੀਆਂ ਅਤੇ ਇੰਨਾ ਖਜ਼ਾਨਾ ਦੇ ਕੇ ਸਾਨੂੰ ਆਪਣੇ ਸ਼ਾਗਿਰਦਾਂ ਨੂੰ ਕਿ ਉਹ ਘਾਟਾ ਪੂਰਾ ਨਹੀਂ ਹੋ ਸਕਦਾ। ਹੁਣ ਉਹਨਾਂ ਦੀ ਆਵਾਜ਼ ਹੀ ਹੈ ਸਾਡਾ ਇੱਕ ਸਹਾਰਾ ਹੋਰ ਅਸੀਂ ਉਹਨਾਂ ਨੂੰ ਲੈ ਕੇ ਨਹੀਂ ਆ ਸਕਦੇ। ਬੜੀ ਉਮੀਦ ਸੀ ਜੀ ਉਹਨਾਂ ਨੇ ਵੀ ਸਾਨੂੰ ਠੀਕ ਹੋ ਜਾਣਾ ਜੀ ਸਾਨੂੰ ਉੱਥੇ ਡਾਕਟਰਾਂ ਨੇ ਇਹ ਵੀ ਕਿਹਾ ਸੀ ਵੀ ਵੀ 10 ਦਿਨ ਦੇ ਵਿੱਚ ਨਹੀਂ ਕੋਈ ਛੇਤੀ ਰਿਕਵਰ ਹੁੰਦਾ ਇਨਫੈਕਸ਼ਨ ਹੀ ਆ ਕੋਈ ਐਡੀ ਵੱਡੀ ਗੱਲ ਨਹੀਂ ਵੀ ਇੱਥੇ ਬੰਦਾ ਮਹੀਨੇ ਕੁ ਦੇ ਵਿੱਚ ਕਾਇਮ ਹੋ ਜਾਂਦਾ। ਸਾਨੂੰ ਬੜੀ ਉਮੀਦ ਸੀ ਔਰ ਕਈ ਵਾਰੀ ਤਾਂ ਮਤਲਬ ਉਹਨਾਂ ਦੀਆਂ ਰਿਪੋਰਟਾਂ ਵੀ ਠੀਕ ਆਈਆਂ। ਦੋ ਕੁ ਦਿਨ ਪਹਿਲਾਂ ਵੀ ਵਿਵਾਹ ਕਿਸੇ ਨੇ ਉਡਾ ਦਿੱਤੀ ਸੀ ਫਿਰ ਅਸੀਂ ਸਾਨੂੰ ਕਿਉਂਕਿ ਅਸੀਂ ਠੀਕ ਸਾਨੂੰ ਪਤਾ ਸੀ ਵੀ ਉਹ ਠੀਕ ਹੋ ਜਾਣਾ ਉਹਨਾਂ ਨੇ ਪਰ ਜੋ ਰੱਬ ਨੂੰ ਮਨਜ਼ੂਰ ਪਰਮਾਤਮਾ ਨੂੰ ਕੀ ਕਹਿ ਸਕਦੇ। ਅਸੀਂ ਤਾਂ ਜੀ ਸਾਨੂੰ ਤਾਂ ਡਾਕਟਰ ਨੇ ਕਿਹਾ ਅਸੀਂ ਤਾਂ ਜਾਣਾ ਹੀ ਨਹੀਂ ਸੀਗਾ। ਡਾਕਟਰ ਜਿਹੜਾ ਇਹਨਾਂ ਦਾ ਟ੍ਰੀਟ ਕਰ ਰਿਹਾ ਜਿਹੜਾ ਇਹਨਾਂ ਦਾ ਟ੍ਰੀਟਮੈਂਟ ਕਰ ਰਿਹਾ ਸੀ ਉਹਨੇ ਆਪ ਕਹਿ ਤਾ ਮੇਰੀ ਜ਼ਿੰਮੇਵਾਰੀ ਹੈ ਤੁਸੀਂ ਲੈ ਜਾਓ ਸਾਨੂੰ ਅਸੀਂ ਕੀ ਨਹੀਂ ਤਾਂ ਅਸੀਂ ਜੇ ਪਹਿਲਾਂ ਪਤਾ ਹੁੰਦਾ ਪਹਿਲਾਂ ਹੀ ਟ੍ਰੀਟਮੈਂਟ ਹੀ ਇਹਨਾਂ ਦਾ DMC ਕਰਾਉਣਾ। ਦਿੱਕਤ ਕੀ ਆ ਰਹੀ ਸੀ ਭਾਈ ਜੀ ਨੂੰ ਦਿੱਕਤ ਕੀ ਆਈ? ਕੋਈ ਦਿੱਕਤ ਨਹੀਂ ਸੀ ਜੀ ਬਿਲਕੁਲ ਠੀਕ ਠਾਕ ਸੀ ਕਿ ਪੇਟ 'ਚ ਦਰਦ ਹੋਇਆ ਅਤੇ ਉਹ ਦਰਦ ਇੰਨਾ ਕੁ ਜ਼ਿਆਦਾ ਹੋ ਗਿਆ ਇਹਨਾਂ ਨੇ ਸੋਚਿਆ ਵੀ ਕੋਈ ਮਾਮੂਲੀ ਥੋੜ੍ਹਾ ਮੋਟਾ ਦਰਦ ਹੁੰਦਾ ਹੀ ਰਹਿੰਦਾ ਹੈ ਆਮ ਦਰਦ ਹੁੰਦਾ ਹੀ ਸੀ ਉਹਨਾਂ ਨੂੰ ਹੋ ਜਾਂਦਾ ਸੀ। ਹੋਰ ਨਵੀਆਂ ਖਬਰਾਂ ਦੇਖਣ ਦੇ ਲਈ ਸਬਸਕ੍ਰਾਈਬ ਕਰੋ PBX ਨਿਊਜ਼ ਦਾ ਅਫੀਸ਼ੀਅਲ YouTube ਚੈਨਲ।